ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਪੰਜਾਬ ਵਿੱਚ ਸਾੜੇ ਗਏ ਪੀਐਮ ਮੋਦੀ ਦੇ ਮੁਖੌਟੇ ਤੇ ਭੜਕੇ ਜੇਪੀ ਨੱਡਾ बोले ਸਭ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਹੋਇਆ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਇਸ ਦੌਰਾਨ ਦਸਹਿਰੇ ਦੇ ਮੌਕੇ ਤੇ ਪੰਜਾਬ ਵਿੱਚ ਕਈ ਥਾਵਾਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਗਏ ਉੱਥੇ ਹੀ ਇਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਕਈ ਸਵਾਲ ਖੜੇ ਕੀਤੇ ਸਨ ਹੁਣ ਇਸ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉਲਟ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲਿਆ ਨੱਡਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹ ਡਰਾਮਾ ਰਾਹੁਲ ਗਾਂਧੀ ਤੇ ਇਸ਼ਾਰੇ ਤੇ ਹੋਇਆ ਸਰੋਤੇ ਵੀਰੋ ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੇ ਕਹਿਣ ਤੇ ਹੋਇਆ ਜਾਂ ਕਿਸਾਨਾਂ ਦੇ ਇਸ਼ਾਰੇ ਦੇ ਤੁਸੀਂ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਪੂਰੇ ਪੰਜਾਬ ਵਿੱਚ ਪੀਐਮ ਮੋਦੀ ਦਾ ਪੁਤਲਾ ਸਾੜਿਆ ਗਿਆ ਰਾਹੁਲ ਨੇ ਕਿਹਾ ਕਿ ਇਹ ਦੁਖਦ ਹੈ ਪੰਜਾਬ ਵਿੱਚ ਪੀਐਮ ਪ੍ਰਤੀ ਲੋਕਾਂ ਦਾ ਗੁੱਸਾ ਇਸ ਪੱਧਰ ਤੱਕ ਪਹੁੰਚ ਗਿਆ ਪੀਐਮ ਮੋਦੀ ਨੂੰ ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਰਾਹੁਲ ਨੇ ਆਪਣੇ ਟਵੀਟ ਦੇ ਨਾਲ ਇੱਕ ਕਾਪੀ ਵੀ ਲਾਈ ਸੀ ਜਿਸ ਵਿੱਚ ਐਤਵਾਰ ਨੂੰ ਪੰਜਾਬ ਵਿੱਚ ਕੁਝ ਲੋਕਾਂ ਦੁਆਰਾ 라ਵਣ ਦੇ ਪੁਤਲੇ 'ਚ ਪੀਐਮ ਮੋਦੀ ਦਾ ਮਖੋਟਾ ਲਾ ਕੇ ਸਾੜਿਆ ਗਿਆ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲ ਵਿਖੇ ਇੱਕ ਹਫ਼ਤਾ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਨ ਵਾਲਾ ਦੋਚੀ ਨੌਜਵਾਨ ਉਹੀ ਨਿਕਲਿਆ ਜਿਸ ਨੇ ਘਟਨਾ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਸੀ ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ 20 ਅਕਤੂਬਰ 2020 ਨੂੰ ਪਿੰਡ ਦੁੱਲੇਵਾਲਾ ਵਿਖੇ ਕਿਸੇ ਸ਼ਰਾਰਤੀ ਅਨਸਰ ਨੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਸੜਕ ਉੱਪਰ ਖਿਲਾਰ ਦਿੱਤੇ ਸਨ ਇਸ ਘਟਨਾ ਦਾ ਸਭ ਤੋਂ ਪਹਿਲਾਂ ਪਤਾ ਅਮਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੁੱਲੇਵਾਲ ਨੂੰ ਲੱਗਾ ਸੀ ਉਸਨੇ ਇਸ ਘਟਨਾ ਦੀ ਜਾਣਕਾਰੀ ਉਥੋਂ ਮੋਟਰਸਾਈਕਲ ਰਾਹੀਂ ਗੁਜ਼ਰ ਰਹੇ ਪੁਸ਼ਪਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਨੂੰ ਦਿੱਤੀ ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਨ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉਤੇ ਪੰਚਾਇਤ ਨੂੰ ਲੈ ਕੇ ਦੱਸਿਆ ਪੁਲਿਸ ਨੇ ਉਸੇ ਦਿਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤਾ ਗਿਆ ਸੀ ਪੁਲਿਸ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਮਨੀ ਸਿੰਘ ਪਿੰਡ ਦੁੱਲੇਵਾਲ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ ਤੇ ਪਤਾ ਲੱਗਾ ਕਿ ਇਹ ਨੌਜਵਾਨ ਪਾਠ ਕਰਨ ਤੋਂ ਬਾਅਦ ਗੁਟਕਾ ਸਾਬ ਨੂੰ ਆਪਣੇ ਗੀਜੇ ਵਿੱਚ ਪਾ ਰਿਹਾ ਸੀ ਇਸ ਤੋਂ ਬਾਅਦ ਉਕਤ ਨੌਜਵਾਨ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕਥਿਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਜੁਰਮ ਕਬੂਲ ਕਰ ਲਿਆ ਚਰਚ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਮੁੱਖ ਦੋਸ਼ੀ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਖਬਰ ਵੱਲ ਰੁਕ ਕਰਨ ਤੋਂ ਪਹਿਲਾਂ ਨੀਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਇਸ ਵੀਡੀਓ ਤੇ 4000 ਦਾ ਲਾਈਕ ਏਮ ਰੱਖਦੇ ਆਂ ਤੇ 2000 ਦਾ ਸ਼ੇਅਰ ਸਾਰੇ ਸਰੂਤੇ ਵੀਰ 4000 ਲਾਈਕ ਤੇ 2000 ਸ਼ੇਅਰ ਜਲਦੀ ਜਲਦੀ ਕਰ ਦੇਣਾ ਅੰਮ੍ਰਿਤਸਰ ਦੀ ਚਰਚ ਵਿੱਚ ਕੁਝ ਲੋਕਾਂ ਵੱਲੋਂ ਥੋੜੇ ਦਿਨ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਸਨ ਇਸ ਦੌਰਾਨ ਖਬਰ ਆਈ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹੁਣ ਇਸ ਫਾਇਰਿੰਗ ਮਾਮਲੇ ਦੇ ਵਿੱਚ ਪੁਲਿਸ ਨੇ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਰਣਦੀਪ ਗਿੱਲ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀਆਈਏ ਸਟਾਫ ਦੀ ਟੀਮ ਨੇ ਹਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕਰ ਲਿਆ ਇਸ ਘਟਨਾ 'ਚ ਰਣਦੀਪ ਸਿੰਘ ਗਿੱਲ ਨੇ 8 ਸਤ ਲਾਹੌਰ ਲੋਕਾਂ ਦੇ ਨਾਲ ਮਿਲ ਕੇ ਚਰਚ ਵਿੱਚ ਦਾਖਲ ਹੋ ਕੇ ਅੰਨੇਵਾ ਫਾਇਰਿੰਗ ਕੀਤੀ ਸੀ ਇਸ ਦੌਰਾਨ ਪ੍ਰਿੰਸ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦਾ ਪ੍ਰਾ ਗੰਬੀਰ ਜ਼ਖਮੀ ਹੋ ਗਿਆ ਸੀ ਜ਼ਖਮੀ ਸਿੱਖਾਂ ਦਾ ਹਾਲ ਵੇਖ ਕੇ ਰੂਪਏ ਸੰਧਵਾ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਤੇ ਕੱਢੀ ਪੜਾਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਰੂਪਾਂ ਵਿੱਚ ਸ਼ਾਮਲ ਮੁਲਾਜ਼ਮਾਂ ਜਾਂ ਹੋਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ 40 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਤਕਾਰ ਕਮੇਟੀਆਂ ਦੇ ਮੈਂਬਰ ਤੇ ਹਮਲਾ ਬਹੁਤ ਹੀ ਮੰਦਪਾਗਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹ ਵਿਚਾਰ ਜ਼ਖਮੀ ਵਿਅਕਤੀਆਂ ਨੂੰ ਮਿਲਣ ਆਏ ਹਸਪਤਾਲ ਪਹੁੰਚੇ ਆਪ ਵਿਧਾਇਕ ਕੁਲਤਾਰ ਸੰਧਵਾ ਨੇ ਪ੍ਰਗਟ ਕੀਤੇ ਸੁਧਰਨ ਪੀੜਤ ਸਿੱਖਾਂ ਦਾ ਹਾਲ ਵੇਖ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ ਉਸ ਤੋਂ ਬਾਅਦ ਅਗਲੀ ਵੱਡੀ ਖਬਰਾ ਫਿਰੋਜ਼ਪੁਰ ਤੋਂ ਮੋਬਾਈਲ ਦੀ ਦੁਕਾਨ 'ਚ ਤਮਾਕਾ ਅੱਗ ਦੀਆਂ ਲਪਟਾਂ 'ਚ ਘਿਰੇ ਦੁਕਾਨ ਮਾਲਕ ਦੀ ਸੀਸੀਟੀਵੀ ਫੋਟੋ ਵਾਇਰਲ ਫਿਰੋਜ਼ਪੁਰ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਵਿੱਚ ਜ਼ਬਰਦਸਤ ਤਮਾਕਾ ਹੋ ਗਿਆ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਵਿਅਕਤੀ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਸੜਕ ਉੱਤੇ ਇਧਰ ਉਧਰ ਭੱਜ ਰਿਹਾ ਉਸ ਮਦਦ ਲਈ ਤਰਲੇ ਲੈ ਰਿਹਾ ਕੁਝ ਲੋਕ ਉਸ ਦੀ ਮਦਦ ਲਈ ਅੱਗੇ ਆਉਂਦੇ ਹਨ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਜਾਂਦਾ ਦੁਕਾਨਦਾਰ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਦੱਸਿਆ ਜਾ ਰਿਹਾ ਕਿ ਬੈਂਡਰੀ ਫਟਨ ਕਰਨ ਇਹ ਹਾਦਸਾ ਵਾਪਰਿਆ ਸੈੱਟ ਵੱਲੋਂ ਸੁਮੇਦ ਸੈਣੀ ਕੋਲੇ ਦੁਪਹਿਰੇ 1.5 ਵਜੇ ਤੱਕ ਕੀਤੀ ਗਈ ਪੁੱਛਗਿੱਛ 1991 ਚ ਆਈਏਐਸ ਲੜਕੇ ਬਲਵੰਤ ਸਿੰਘ ਮਲਤਾਨੀ ਨੂੰ ਅਗਵਾ ਕਰਨ ਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਨਾਮਜਦ ਸਾਬਕਾ ਡੀਜੀਪੀ ਸੈਣੀ ਕੋਲੋਂ ਵਿਸ਼ੇਸ਼ ਵਿਸ਼ੇਸ਼ ਜਾਂਚ ਟੀਮ ਸਟ ਦੇ ਵੱਲੋਂ ਦੁਪਹਿਰ 1:30 ਵਜੇ ਤੱਕ ਪੁੱਛਗਿੱਛ ਕੀਤੀ ਗਈ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਥਾਣੇ ਤੋਂ ਵਾਪਸ ਆਉਂਦਿਆਂ ਸੈਣੀ ਨੇ ਮੀਡੀਆ ਨੂੰ ਸਿਰਫ ਇੰਨਾ ਕਿਹਾ ਕਿ ਉਹ ਸਮਾਂ ਆਉਣ ਤੇ ਆਪਣੀ ਗੱਲ ਰੱਖਣਗੇ ਰਵਨੀਤ ਬਿੱਟੂ ਨੇ ਸਿੱਧੂ ਦਾ ਨਾਂ ਲੈ ਬਗੈਰ ਮੋੜ ਕੱਢੀ ਪ੍ਰਾਸ ਬਿਆਨਾਂ ਤੋਂ ਬਿਆਨਾਂ ਨੂੰ ਦੱਸਿਆ ਹਵਾ ਦੇ ਵਿੱਚ تیر ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਧੂ ਦਾ ਨਾਮ ਲਏ ਬਗੈਰ ਮੁੜ ਮਨ ਦੀ ਪੜਾਸ ਕੱਢੀ ਆ ਬਿੱਟੂ ਨੇ ਕਿਹਾ ਕਿ ਕੁਝ ਸਿਆਸੀ ਆਗੂ ਬੇਤੁੱਕੇ ਬਿਆਨ ਦੇ ਰਹੇ ਹਨ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਸਮਰਥਨ ਮੁੱਲ ਤੇ ਖਰੀਦ ਕਰੇ ਜੋ ਕਿ ਸੰਭਵ ਨਹੀਂ ਆ ਨਾਲ ਹੀ ਉਹਨਾਂ ਨੇ ਨਸੀਹਤ ਦਿੰਦਿਆ ਕਿਹਾ ਕਿ ਭਾਰਤ ਵਿੱਚ ਪੰਜਾਬ ਵੱਖਰੇ ਨਹੀਂ ਹਨ ਤੇ ਨਾ ਹੀ ਇਸ ਨੂੰ ਪਾੜ-ਪਾਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਸਮਰਥਨ ਮੁੱਲ ਤੇ ਖਰੀਦਣ ਦਾ ਪ੍ਰਬੰਧ ਕਰੇ ਸੋ ਸਰੋਤੇ ਵੀਰੋ ਜੇਕਰ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਵਿੱਚ ਹਰ ਇੱਕ ਫਸਲ ਪੰਜਾਬ ਸਰਕਾਰ ਸਰਕਾਰ ਸਮਰਥਨ ਮੁੱਲ ਤੇ ਖਰੀਦੇ ਤਾਂ ਕਮੈਂਟ ਸੈਕਸ਼ਨ ਚੋਂ ਯੈਸ ਜ਼ਰੂਰ ਲਿਖੋ ਰਾਹੁਲ ਗਾਂਧੀ ਨੇ ਮੋਦੀ ਨੂੰ ਸਲਾਹ ਬੇਹੱਦ ਗੁੱਸੇ ਵਿੱਚ ਪੰਜਾਬ ਦੇ ਕਿਸਾਨ ਅਜੇ ਵੀ ਸੁਧਰ ਜਾਓ ਸੋ ਸਰੋਤੇ ਵੀਰੋ ਕੀ ਤੁਹਾਨੂੰ ਲੱਗਦਾ ਹੈ ਕੀ ਰਾਹੁਲ ਦੀ ਸਲਾਹ ਮੰਨ ਕੇ ਮੋਦੀ ਸੁਧਰੇਗਾ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਚ ਰੱਖੋ ਖੇਤੀਬਾੜੀ ਕਾਨੂੰਨਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਤੇਜ਼ੀ ਫੜਦਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਖਿਲਾਫ ਪੰਜਾਬ ਦੇ ਕਿਸਾਨ ਕਾਨੂੰਨਾਂ ਦੇ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਸਰਕਾਰ ਤੋਂ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਾਨੂੰਨ ਦੇ ਵਿਰੋਧ ਵਿੱਚ ਸਰਕਾਰ ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਬਹੁਤ ਗੁੱਸੇ ਵਿੱਚ ਹਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਿਸਾਨ ਨਾਰਾਜ਼ ਤੇ ਗੁੱਸੇ ਵਿੱਚ ਹਨ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਕੋਲੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਰਾਹੁਲ ਗਾਂਧੀ ਨੇ ਕਿਹਾ ਕੱਲ ਜੋ ਪੰਜਾਬ ਦੇ ਵਿੱਚ ਹੋਇਆ ਉਹ ਬਹੁਤ ਦੁਖਦ ਵਾਲੀ ਗੱਲ ਹੈ कोरोना मरीज ਦੀ ਮੌਤ ਤੋਂ ਬਾਅਦ ਵਿਅਕਤੀ ਨੇ ਡਾਕਟਰ ਨੂੰ ਮਾਰਿਆ ਥੱਪੜ ਕੋਰਟ ਨੇ ਲਾਇਆ 1 ਲੱਖ ਦਾ ਜੁਰਮਾਨਾ 코로나 ਕੈਰ ਨੇ ਜਿੱਥੇ ਡਾਕਟਰ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦੇ ਇਲਾਜ 'ਚ ਲੱਗੇ ਹਨ ਉੱਥੇ ਦੂਜੇ ਪਾਸੇ ਸੋਸ਼ਲ ਵਰਕਰ ਦੱਸਣ ਵਾਲੇ ਇੱਕ ਵਿਅਕਤੀ ਨੇ ਕੋਵਿਡ ਦੀ ਕੋਵਿਡ ਮਰੀਜ਼ ਦੀ ਮੌਤ ਤੋਂ ਬਾਅਦ ਡਾਕਟਰ ਦੇ ਥੱਪੜ ਮਾਰ ਦਿੱਤਾ ਮਾਮਲਾ ਕੋਰਟ ਤੋਂ ਜਾਣ ਤੋਂ ਬਾਅਦ ਜਸਟਿਸ ਭਾਰਤੀ ਡਾਂਗਰੇ ਨੇ ਉਕਤ ਵਿਅਕਤੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਵਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟਾਂ ਦੇ ਖਿਲਾਫ ਕੇਸ ਦਰਜ ਸਰੋਤੇ ਵੀਰੋ ਬਚ ਕੇ ਰਿਆ ਕਰੋ ਠੱਗ ਏਜੰਟਾਂ ਤੋਂ ਜ਼ਿਲ੍ਹਾ ਹਸ਼ਿਆਰਪੁਰ ਪੁਲਿਸ ਨੇ ਵਿਸ਼ੇਸ਼ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ 4942000 ਰੁਪਏ ਦੀ ਠੱਗੀ ਮਾਰਨ ਵਾਲੇ ਚਾਰ ਟਰੈਵਲ ਏਜੰਟਾਂ ਦੇ ਖਿਲਾਫ ਵੱਖ-ਵੱਖ ਮਾਮਲਿਆਂ ਥਾਣਿਆਂ ਦੇ ਵਿੱਚ ਤਿੰਨ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਅਰਥ ਵਿਵਸਥਾ ਦੇ ਨਾਲ ਲੋਕਤੰਤਰ ਵੀ ਖਤਰੇ ਵਿੱਚ ਕਾਂਗਰਸ ਦੀ ਅੰਤਮ ਪ੍ਰਧਾਨ ਸੋਨੀਆ ਗਾਂਧੀ ਨੇ ਦੁਸ਼ਹਿਰੇ ਮੌਕੇ ਇਹ ਕਹਿੰਦਾ ਪ੍ਰਧਾਨ ਮੰਤਰੀ ਮੋਦੀ ਤੇ ਤੰਜ ਕੱਸਿਆ ਕਿ ਸ਼ਾਸਕ ਦੇ ਜੀਵਨ ਵਿੱਚ ਹੰਕਾਰ ਝੂਠ ਤੇ ਵਾਅਦੇ ਤੋੜਨ ਦੀ ਥਾਂ ਨਹੀਂ ਹੁੰਦੀ ਇਸ ਤਿੱਖੀ ਨਿਸ਼ਾਨੇਬਾਜ਼ੀ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਭਾਰਤੀ ਲੋਕਤੰਤਰ ਵਿੱਚ ਖੋਖਲਾ ਹੁੰਦਾ ਜਾ ਰਿਹਾ ਜਿਸ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੈ ਗਾਂਧੀ ਨੇ ਬੋਲਦਿਆਂ ਕਿਹਾ ਹੈ ਕਿ ਪਹਿਲਾ ਹੀ ਸਾਫ ਹੈ ਕਿ ਅਰਥਵਿਵਸਥਾ ਗਹਿਰੇ ਸੰਕਟ ਵਿੱਚ ਆ ਪਰ ਲੋਕਤੰਤਰੀ ਢਾਂਚਾ ਵੀ ਖਤਰੇ ਵਿੱਚ ਆ ਹਰ ਵਿਅਕਤੀ ਦੀ ਆਜ਼ਾਦੀ ਤੇ ਮੌਲਿਕ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਵਿਰੋਧ ਦੀ ਆਵਾਜ਼ ਨੂੰ ਜਾਣਬੁੱਝ ਕੇ ਅੱਤਵਾਦ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਸਬੰਧੀ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜੀ ਭਵਿੱਖਬਾਣੀ ਪੂਰੀ ਵੀਡੀਓ ਮੌਸਮ ਦੀ ਜਿਹੜੀ ਚੈਨਲ ਤੇ ਅਪਲੋਡ ਕਰ ਦਿੱਤੀ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਪਿਆਜ਼ਾਂ ਦੀ ਮਾਲਾ ਲੈ ਕੇ ਪ੍ਰਚਾਰ ਤੇ ਉਤਰੇ ਤੇਜਸਵੀ ਕਿਹਾ 100 ਦੇ ਕਰੀਬ ਕੀਮਤ ਜਵਾਬ ਦੇਵੇ ਸਰਕਾਰ ਬਿਹਾਰ ਵਿਧਾਨ ਸਭਾ ਲਈ ਪਹਿਲੇ ਪੜਾ ਦੀਆਂ ਚੋਣਾਂ ਦੀ VOTING ਅੱਜ ਸ਼ਾਮੀ ਚੋਣ ਪ੍ਰਚਾਰ ਖਤਮ ਹੋ ਜਾਵੇਗਾ ਇਸ ਵਿਚਾਲੇ ਬਿਹਾਰ ਚੋਣਾਂ ਚ ਰੁਜ਼ਗਾਰ ਪ੍ਰਵਾਸੀ ਮਜ਼ਦੂਰਾਂ ਦੇ ਮੁੱਦਿਆਂ ਦੇ ਨਾਲ ਹੀ ਪਿਆਜ਼ ਵੀ ਹੁਣ ਇੱਕ ਮੁੱਦਾ ਬਣ ਗਿਆ ਰੁਜ਼ਗਾਰ ਦੇ ਮੁੱਦੇ ਤੇ ਵਾਰ-ਵਾਰ ਚੁੱਕਣ ਤੋਂ ਬਾਅਦ ਹੁਣ RJD ਨੇਤਾ ਤੇਜਸਵੀ ਜੱਦਵ ਨੇ ਬਿਹਾਰ ਚੋਣਾਂ ਦੇ ਵਿੱਚ ਜਨਤਾ ਦੇ ਵਿਚਾਲੇ ਇੱਕ ਮੁੱਦਾ ਲੈ ਕੇ ਗਏ ਹਨ ਉਹਨਾਂ ਨੇ ਆਪਣੇ ਸਮਰਥਕਾਂ ਨਾਲ ਪਿਆਜ਼ ਦੀਆਂ ਮਾਲਾਵਾਂ ਲਿਆ ਕੇ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਪ੍ਰਤੀ ਵਿਰੋਧ ਜਤਾਇਆ ਉਹਨਾਂ ਨੇ ਕਿਹਾ ਜੀ ਪਿਆਜ਼ 100 ਰੁਪਏ ਦੇ ਕਰੀਬ ਪਹੁੰਚਣ ਵਾਲਾ ਰੁਜ਼ਗਾਰ ਹੈ ਨਹੀਂ ਲੋਕਾਂ ਨੂੰ ਖਾਣ ਦੀ ਚਿੰਤਾ ਸਤਾ ਰਹੀ ਹੈ ਨਵਜੋਤ ਸਿੱਧੂ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਕਿਸਾਨਾਂ ਤੋਂ ਉਹਨਾਂ ਦੇ ਹੱਕ ਖੋਹਣਾ ਚਾਹੁੰਦੀ ਆ ਸਰਕਾਰ ਸੋ ਰੋਤੇ ਵੀਰੋ ਜੇ ਤੁਹਾਨੂੰ ਵੀ ਲੱਗਦਾ ਕਿ ਸਰਕਾਰ ਵਾਕੇ ਹੀ ਆਪਣੇ ਕਿਸਾਨ ਵੀਰਾਂ ਦੇ ਹੱਕ ਖੋ ਰਹੀ ਆ ਤਾਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਦੁਸ਼ਾਰੇ ਮੌਕੇ ਨਵਜੋਤ ਸਿੱਧੂ ਨੇ ਅਲੱਗ ਤੋਂ ਆਪਣਾ ਵਿਸ਼ੇਸ਼ ਤੌਰ ਤੇ ਅਯੋਜਿਤ ਕਰਵਾਇਆ ਗਿਆ ਸਮਾਗਮ ਵਿਚ ਸਟੇਜ ਤੋਂ ਬੋਲਦਿਆਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਬਾਨੀ ਅਡਾਨੀ ਕੇਂਦਰ ਦੇ ਨਵੇਂ ਕਾਨੂੰਨਾਂ ਦੀ ਆੜ ਦੇ ਹੇਠ ਅਨਾਜ ਨੂੰ ਸਟੋਰ ਕਰਕੇ ਪੰਜਾਬ ਤੋਂ 100 ਗੁਣਾ ਜ਼ਿਆਦਾ ਕੀਮਤ ਤੇ ਵੇਚਣਗੇ ਇਸ ਲਈ ਸਰਕਾਰ ਗਰੀਬਾਂ ਦੀ ਰੋਟੀ ਦਾ ਹੱਕ ਵੀ ਖੋਣ ਜਾ ਰਹੀ ਆ ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਸਭ ਇਕੱਠੇ ਹੋ ਕੇ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਲੜਾਈ ਲੜੀਏ ਇਹਨਾਂ ਬਿੱਲਾਂ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਪਹਿਲੀ ਕੰਪਨੀ ਫਸਲ ਚੁੱਕਦੀ ਸੀ ਹੁਣ ਇਹਨਾਂ ਕਾਨੂੰਨਾਂ ਤੋਂ ਬਾਅਦ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਉਹਨਾਂ ਨੇ ਲੋਕਾਂ ਨੂੰ ਕੇਂਦਰ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕੇਂਦਰ ਵੱਲੋਂ ਇਹ ਕਾਨੂੰਨ ਕਿਸਾਨਾਂ ਦੇ ਹੱਕ ਖੋਣ ਲਈ ਲਿਆਂਦੇ ਗਏ ਹਨ ਤਾਂ ਜੋ ਅਮਬਾਨੀ ਤੇ ਅਡਾਨੀ ਦੇ ਹੱਥ ਪੰਜਾਬ ਦੀਆਂ ਮੰਡੀਆਂ ਤੇ ਮੁਨਾਫਾ ਦਿੱਤਾ ਜਾ ਸਕੇ ਘਰ ਦੇ ਬਾਹਰ ਖੜੇ ਨੌਜਵਾਨ ਤੋਂ ਲੁੱਟ ਦੀ ਕੋਸ਼ਿਸ਼ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰ ਦੇ ਨਾਲ ਕੀਤਾ ਹਮਲਾ ਲੁਧਿਆਣਾ ਦੇ ਵਿੱਚ ਐਮ ਜੇ ਕੇ ਨਗਰ ਤੋਂ ਕਰਦੇ ਬਾਹਰ ਮੋਬਾਈਲ ਤੇ ਗੱਲ ਕਰ ਰਹੇ ਨੌਜਵਾਨ ਨੂੰ ਬੁਲਟ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਘੇਰ ਲਿਆ ਲੁਟੇਰਿਆਂ ਨੇ ਤੇਜ ਹਥਿਆਰ ਦੇ ਨਾਲ ਹਮਲਾ ਕਰਕੇ ਨੌਜਵਾਨ ਤੋਂ ਮੋਬਾਈਲ ਅਤੇ ਨਗਦੀ ਲੁੱਟਣੀ ਚਾਹੀ ਪਰ ਲੋਕਾਂ ਦਾ ਇਕੱਠ ਹੋਣ ਤੇ ਲੁਟੇਰੇ ਆਪਣਾ ਮੋਟਰਸਾਈਕਲ ਵੀ ਛੱਡ ਕੇ ਭੱਜ ਗਏ ਕੁਝ ਦੇਰ ਬਾਅਦ ਲੁਟੇਰੇ ਆਪਣੇ ਹੋਰ ਸਾਥੀਆਂ ਨਾਲ ਬੁਲਟ ਲੈਣ ਆਏ ਤਾਂ ਲੋਕਾਂ ਨੇ ਉਹਨਾਂ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਆਪਣੀ ਇੱਕ ਹੋਰ ਐਕਟਵਾ ਛੱਡ ਕੇ ਭੱਜ ਕੇ ਐਕਟਵਾ ਨੰਬਰ ਪਲੇਟ ਤੋਂ ਬਿਨਾ ਹੈ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਮਾਸਕ ਵਿੱਚ बेहोਸ਼ੀ ਦੀ ਦਵਾਈ ਪਾ ਕੇ ਨਾ ਬਾਲਕ ਲੜਕੀ ਦੇ ਨਾਲ ਬਲਾਤਕਾਰ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਲੁਧਿਆਣਾ ਤੋਂ ਕੋਈ ਦਿਨ ਵੀ ਅਜਿਹਾ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਕਿਸੇ ਔਰਤ ਜਾਂ ਬੱਚੀ ਦਾ ਬਲਾਤਕਾਰ ਨਾ ਹੋਇਆ ਹੋਵੇ ਹਰ ਦਿਨ ਕਿਸੇ ਨਾ ਕਿਸੇ ਜ਼ਿਲ੍ਹੇ ਪਿੰਡ ਕਸਬੇ ਜਾਂ ਫਿਰ ਮੁਹੱਲੇ ਦੇ ਵਿੱਚ ਬਲਾਤਕਾਰ ਦੀਆਂ ਅਜਹੀਆਂ ਘਟਨਾਵਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਅੱਜ ਤਾਜ਼ਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਦਿਲ ਦਹਿਲਾਉਣ ਵਾਲਾ ਮਾਮਲਾ ਟਿੱਬਾ ਰੋਡ ਉੱਪਰ ਵੇਖਣ ਨੂੰ ਮਿਲਿਆ ਇੱਕ ਗੋਦਾਮ ਮਾਲਕ ਨੇ ਨਵਾਲਕ ਲੜਕੀ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਾ ਮਾਸਕ ਕਹਿ ਕੇ ਵਿੱਚ बेहोਸ਼ੀ ਦੀ ਦਵਾਈ ਪਾ ਦਿੱਤੀ ਤੇ ਨਾਬਾਲਕ ਲੜਕੀ ਨਾਲ ਬਲਾਤਕਾਰ ਕਰ ਦਿੱਤਾ ਇਹ ਘਟਨਾ ਦੀ ਸੂਚਨਾ ਪੀੜਤਾ ਨੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਘਟਨਾ ਤੋਂ ਬਾਅਦ ਲੜਕੀ ਅਜੇ ਤੱਕ ਵੀ ਸਦਮੇ ਦੇ ਵਿੱਚ ਹੈ ਦੀਵਾਲੀ ਛੱਟ ਚੁੱਕਰ ਜਾਣ ਵਾਲਿਆਂ ਲਈ ਖੁਸ਼ਖਬਰੀ 46 ਵੇਸ਼ ਵਿਸ਼ੇਸ਼ ਟ੍ਰੇਨਾਂ ਦਾ ਐਲਾਨ ਤਿਹਾਰਾਂ ਦੇ ਮੌਸਮ ਵਿੱਚ ਟਿਕਟ ਦੀ ਵਾਧ ਤੀ ਮੰਗ ਦੇ ਮੱਦੇਨਜ਼ਰ ਰੇਲਵੇ ਨੇ 46 ਵਿਸ਼ੇਸ਼ ਰੇਲ ਗੱਡੀਆਂ ਚਲਾਉਂਦਾ ਐਲਾਨ ਕੀਤਾ ਦੱਸਦੀ ਹੈ ਕਰੋਨਾ ਪੀਰੀਅਡ ਦੌਰਾਨ ਦੇਸ਼ ਵਿੱਚ ਸੀਮਤ ਗਿਣਤੀ ਦੇ ਵਿੱਚ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਤੇ ਤਿਹਾਰਾਂ ਦੇ ਮੌਸਮ ਵਿੱਚ ਅਚਾਨਕ ਹੋਈ ਮੰਗ ਦੇ ਮੱਦੇਨਜ਼ਰ ਰੇਲਵੇ ਨੇ ਹੋਰ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਜੇਕਰ ਤੁਸੀਂ ਵੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਵਿਸ਼ੇਸ਼ ਰੇਲ ਗੱਡੀਆਂ ਤੇ ਰਾਹੀਂ ਤੁਸੀਂ ਯਾਤਰਾ ਕਰ ਸਕਦੇ ਹੋ ਸੋ ਦੋਸਤੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਦੇਸ਼ ਚੋਂ 3 ਮਹੀਨਿਆਂ ਬਾਅਦ 24 ਘੰਟਿਆਂ ਦੌਰਾਨ ਸਾਹਮਣੇ ਆਏ ਸਭ ਤੋਂ ਘੱਟ ਕਰੋਨਾ ਮਾਮਲੇ 480 ਲੋਕਾਂ ਦੀ ਮੌਤ ਭਾਰਤ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 79 ਲੱਖ ਨੂੰ ਪਾਰ ਕਰ ਗਈ ਹੈ ਸੋਮਵਾਰ ਤੱਕ ਦਰਜ ਕੀਤੇ ਜਾਣ ਵਾਲੇ ਨਵੇਂ ਮਾਮਲਿਆਂ ਨਾਲ ਦੇਸ਼ ਵਿੱਚ ਹੁਣ ਤੱਕ ਦਰਜ ਕਰੋਨਾ ਲਾਗ ਦੇ ਕੁੱਲ ਗਿਣਤੀ 93 ਲੱਖ 9959 ਹੋ ਗਈ ਪਿਛਲੇ 24 ਘੰਟਿਆਂ ਵਿੱਚ ਦੇਸ਼ ਦੇ ਕੋਵਿਡ-19 ਦੇ 45148 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ 3 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਹਨ ਪਿਤਾ ਨੇ ਮੋਬਾਈਲ ਦੇਣ ਤੋਂ ਕੀਤਾ ਇਨਕਾਰ 10 ਸਾਲ ਦੇ ਬੱਚੇ ਨੇ ਕੀਤੀ ਖੁਦਕੁਸ਼ੀ ਹੈਰਾਨੀਜਨਕ ਖੁਲਾਸਾ ਹੋਇਆ ਜੀ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਇੱਕ ਦਿਲ ਦਹਿਲਾਣ ਵਾਲਾ ਮਾਮਲਾ ਸਾਹਮਣੇ ਆਇਆ ਇੱਕ 10 ਸਾਲ ਦੇ ਬੱਚੇ ਨੇ ਘਰ ਦੇ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਦੇ ਪਿੱਛੇ ਦੀ ਵਜ੍ਹਾ ਕਾਫੀ ਹੈਰਾਨ ਕਰ ਦੇਣ ਵਾਲੀ ਹੈ ਮ੍ਰਿਤਕ ਬੱਚਾ ਸੈਕਟਰ 4 ਦੇ ਇੱਕ ਮਕਾਨ ਵਿੱਚ ਰਹਿੰਦਾ ਸੀ ਬੱਚੇ ਦੇ ਮਾਪੇ ਜਦੋਂ ਬਾਹਰ ਗਏ ਸਨ ਤਾਂ ਉਹਨਾਂ ਨੇ ਪਿੱਛੋਂ ਉਸਨੇ ਖੁਦਕੁਸ਼ੀ ਕਰ ਲਈ ਮਿਰਤਕ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਰਾਤ ਮੈਂ ਉਸ ਨੂੰ ਮੋਬਾਈਲ ਦੇਣ ਤੋਂ ਇਨਕਾਰ ਕੀਤਾ ਸੀ ਉਸ ਨੂੰ ਝਿੜਕਿਆ ਵੀ ਸੀ ਪਿਤਾ ਨੇ ਕਿਹਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਪੁੱਤਰ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਤੇ ਮਾਮਲੇ ਦੀ ਜਾਂਚ ਕਰ ਰਹੀ ਆ ਬੱਚਾ 7ਵੀਂ ਜਮਾਤ ਦੇ ਵਿੱਚ ਪੜਨ ਵਾਲੇ 10 ਸਾਲ ਦੇ ਬੱਚੇ ਨੇ ਘਰ ਵਿੱਚ ਪੱਖੇ ਦੇ ਨਾਲ ਲਫਾਹ ਲੈ ਕੇ ਇਹ ਖੁਦਕੁਸ਼ੀ ਨੂੰ ਇੰਜਾਮ ਦਿੱਤਾ ਸੀਬੀਆਈ ਇੰਸਪੈਕਟਰ ਦੱਸ ਕੇ ਦਿੱਤਾ ਨੌਕਰੀ ਦਾ ਝਾਂਸਾ 5 ਲੱਖ 40 ਹਜ਼ਾਰ ਠੱਗੇ ਪੰਜਾਬ ਦੇ ਵਿੱਚ ਧਰਮਕੋਟ ਨਿਵਾਸੀ ਇੱਕ ਵਿਅਕਤੀ ਵੱਲੋਂ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਮੋਗਾ ਤੇ ਲੁਧਿਆਣਾ ਦੇ ਕਈ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਸਰੋਤੇ ਵੀਰੋ ਤੁਸੀਂ ਆਪ ਸਿਆਣੇ ਹੋ ਤੇ ਲੋਕ ਉਸ ਤੋਂ ਸਿਆਣੇ ਨੇ ਕਮੈਂਟ ਸੈਕਸ਼ਨ ਚ ਇਸ ਵਿਅਕਤੀ ਦੇ ਲਈ ਦੋ ਸ਼ਬਦ ਜ਼ਰੂਰ ਲਿਖੋ ਮੋਗਾ ਪੁਲਿਸ ਨੇ ਜਾਂਚ ਤੋਂ ਬਾਅਦ ਕਥਿਤ ਦੋਚੀ ਨਿਵਾਸੀ ਢੋਲੇਵਾਲਾ ਰੋਡ ਧਰਮਕੋਟ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਬੁਰੀ ਖਬਰ ਪੰਜਾਬ ਚ ਪੂਰੀ ਤਰ੍ਹਾਂ ਬੱਤੀ ਹੋ ਜਾਵੇਗੀ ਗੁੱਲ ਡੂੰਗੀ ਚਿੰਤਾ ਚ ਡੁੱਬੇ ਕੈਪਟਨ ਪੰਜਾਬ ਚ ਆਉਂਦੇ 2-4 ਦਿਨਾਂ ਦੇ ਵਿੱਚ ਬੱਤੀ ਪੂਰੀ ਤਰ੍ਹਾਂ ਗੁੱਲ ਹੋ ਜਾਵੇਗੀ ਸ੍ਰੋਤੇ ਵੀਰੋ ਸਾਡੇ ਆਫਿਸ ਦੇ ਵਿੱਚ ਬੱਤੀ ਗੁੱਲ ਹੋ ਚੁੱਕੀ ਹੈ ਜੇ ਤੁਹਾਡੇ ਪਿੰਡ ਸ਼ਹਿਰ ਕਸਬੇ ਚ ਬੱਤੀ ਗੋਲਾ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖੋ ਨਹੀਂ ਤਾਂ ਤੁਸੀਂ ਨੋ ਲਿਖ ਸਕਦੇ ਹੋ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਇਸ ਸਬੰਧੀ ਡੂੰਗੀ ਚਿੰਤਾ ਜ਼ਾਹਰ ਕਰਦੇ ਕਿ ਜੇਕਰ ਕਿਸਾਨਾਂ ਨੇ ਆਪਣਾ ਧਰਨਾ ਖਤਮ ਨਾ ਕੀਤਾ ਤਾਂ 2-4 ਦਿਨਾਂ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਹਨੇਰੇ 'ਚ ਡੁੱਬ ਜਾਵੇਗਾ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਪਲਾਂਟ ਦੇ ਕੋਲੇ ਕੋਲਾ ਨਹੀਂ ਆ ਤੇ ਨਾ ਹੀ ਸਰਕਾਰ ਦੂਜੇ ਸੂਬਿਆਂ ਤੋਂ ਕੋਲਾ ਖਰੀਦਣ ਜੋਗੇ ਪੈਸੇ ਹਨ ਉਹਨਾਂ ਨੇ ਕੋਲੇ ਦੀ ਘਾਟ ਕਰਨ ਪੰਜਾਬ 'ਚ ਸਿਰਫ ਇੱਕ ਹੀ ਥਰਮਲ ਪਲਾਂਟ ਚੱਲ ਰਿਹਾ ਹੈ ਪਿਛਲੇ ਸਾਲ ਤੋਂ ਦੁੱਗਣਾ ਹੋਇਆ ਪ੍ਰਦੂਸ਼ਣ ਬਠਿੰਡਾ ਤੇ ਲੁਧਿਆਣਾ ਚੋਂ ਸਾਹ ਲੈਣਾ ਹੋਇਆ ਮੁਸ਼ਕਲ ਦੁਸ਼ਹਿਰੇ ਦੇ ਤਿਹਾਰ ਤੇ ਮੌਕੇ ਸੂਬੇ ਦੇ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਪਿਛਲੇ ਸਾਲ ਤੋਂ ਦੋ ਗੁਣਾ ਵੱਧ ਗਿਆ 2119 ਚ ਦੁਸ਼ਹਿਰੇ ਤੇ ਪ੍ਰਦੂਸ਼ਣ ਦਾ ਪੱਧਰ ਸੰਤੋਖਜਨਕ ਸ਼੍ਰੇਣੀ ਸੀ ਜੋ ਇਸ ਸਾਲ ਖਰਾਬ ਸ਼੍ਰੇਣੀ ਦੇ ਵਿੱਚ ਪਹੁੰਚ ਗਿਆ ਪਟਿਆਲਾ ਦੇ ਵਿੱਚ ਫਿਰ ਚਲੀਆਂ ਗੋਲੀਆਂ ਦੋ ਜਣੇ ਫੱਟੜ ਪੰਜਾਬ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇੱਕ ਘਟਨਾ ਪਟਿਆਲਾ ਤੋਂ ਵਾਪਰੀ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਕਾਸ ਕਾਰਜਾਂ ਦਾ ਨਹੀਂ ਪੱਥਰ ਰੱਖ ਰਏ ਸਨ ਉਤੇ ਹੀ ਕੁਝ ਦੂਰੀ ਤੇ ਦੋ ਤਿਰਾਂ ਦੇ ਵਿਚਾਰੇ ਗੋਲੀਆਂ ਚੱਲ ਗਈਆਂ ਪਿਆਜ਼ ਦੀ ਮੰਗ ਨੂੰ ਪੂਰਾ ਤੇ ਕੀਮਤਾਂ ਨੂੰ ਕਾਬੂ ਕਰਨ ਕਾਬੂ ਕਰਨ ਦੇ ਲਈ ਕੇਂਦਰ ਨੇ ਚੁੱਕੇ ਅਹਿਮ ਕਦਮ ਸਤੰਬਰ ਦੇ ਦੂਜੇ ਹਫਤੇ ਤੋਂ ਪਿਆਜ਼ ਦੀਆਂ ਕੀਮਤਾਂ ਦੇ ਵਾਅਦੇ ਨੂੰ ਦੇਖਦਿਆਂ ਸਰਗਰਮ ਕਦਮ ਚੁੱਕਣ ਦੀ ਲੋੜ ਸੀ ਪਿਆਜ਼ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਅਦੇ ਨੂੰ ਆਧਾਰ ਬਣਾ ਕੇ ਖਪਤਕਾਰ ਮਾਮਲਿਆਂ ਦੇ ਬਾਰੇ ਵਿਭਾਗ ਵੱਲੋਂ ਇੱਕ ਡੈਸ਼ਬੋਰਡ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਸ ਦੀਆਂ ਕੀਮਤਾਂ ਦੇ ਉੱਪਰ ਜਾਂਦੇ ਰੁਝਾਨ ਨੂੰ ਠੱਲ ਪਾਉਣ ਦੇ ਲਈ ਫੌਰੀ ਸਖਤ ਕਦਮ ਚੁੱਕਣ ਦੀ ਜਿਹੜੀ ਮੰਗ ਕੀਤੀ ਗਈ ਆ ਸਰੋਤੇ ਵੀਰੋ ਇਹ ਸੰਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ